ਥੋੜੇ ਦੇਖ ਲੈਣ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਾਲੇ ਗੂੜੇ ਰੰਗ ਦਾ ਧੂੰਆਂ। ਦਰਅਸਲ ਇੱਥੇ ਇੱਕ ਸ਼ੋਅਰੂਮ ਨੂੰ ਭਿਆਨਕ ਅੱਗ ਲੱਗੀ ਹੈ ਔਰ ਸ਼ੋਅਰੂਮ ਦੇ ਥੱਲੇ ਦੋ ਪ੍ਰਾਈਵੇਟ ਬੈਂਕ ਨੇ ਜਿੱਥੇ ਜ਼ਰੂਰੀ ਦਸਤਾਵੇਜ਼ ਅਤੇ ਕਰੋੜਾਂ ਰੁਪਇਆ ਪਿਆ। ਗਣੀਮਤ ਰਹੀ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ, ਪਰ ਉੱਪਰਲੇ ਫਲੋਰ ਦੇ ਵਿੱਚ ਅੱਗ ਦੇ ਭਾਂਬੜ ਮੱਚੇ ਨੇ, ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ। ਇੱਕ ਪ੍ਰਾਈਵੇਟ ਦਫ਼ਤਰ ਹੈ ਜਿੱਥੇ ਇਹ ਭਿਆਨਕ ਅੱਗ ਲੱਗੀ ਹੈ। ਮੌਕੇ 'ਤੇ ਹੜਕੰਪ ਮੱਚ ਗਿਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਔਰ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁੱਟ ਗਈਆਂ। ਵੱਡੇ ਪੱਧਰ 'ਤੇ ਨੁਕਸਾਨ ਹੋਇਆ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਦੋ ਨੇੜੇ ਨੇੜੇ ਪ੍ਰਾਈਵੇਟ ਬੈਂਕਾਂ ਸਨ, ਬਿਲਕੁਲ ਥੱਲੇ। ਗਣੀਮਤ ਰਹੀ ਕਿ ਅੱਗ ਦਾ ਸੇਕ ਉੱਥੇ ਤੱਕ ਨਹੀਂ ਪਹੁੰਚਿਆ, ਉਸ ਤੋਂ ਪਹਿਲਾਂ ਹੀ ਮੁਲਾਜ਼ਮਾਂ ਦੇ ਵੱਲੋਂ ਇਸ ਅੱਗ 'ਤੇ ਕਾਬੂ ਪਾਇਆ ਗਿਆ। ਮੋਹਾਲੀ ਦੇ ਫੇਜ਼ 10 ਦੀ ਇਹ ਘਟਨਾ ਹੈ। ਬੈਂਕ ਤੋਂ ਉੱਪਰਲੀ ਮੰਜ਼ਿਲ 'ਤੇ ਇੱਕ ਸ਼ੋਅਰੂਮ ਹੈ ਜਿੱਥੇ ਅੱਗ ਦੇ ਭਾਂਬੜ ਮੱਚੇ ਨੇ। ਇੱਕ ਪ੍ਰਾਈਵੇਟ ਦਫ਼ਤਰ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲਿਆਏ। ਗਰਾਊਂਡ ਫਲੋਰ 'ਤੇ ਦੋ ਬੈਂਕ ਨੇ ਜਿੱਥੇ ਪਏ ਡਾਕੂਮੈਂਟ ਅਤੇ ਕਰੋੜਾਂ ਰੁਪਇਆ ਬਚ ਗਿਆ। ਹਾਲਾਂਕਿ ਕੜੀ ਮਸ਼ਕਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਹੈ, ਲੇਕਿਨ ਧੂੰਆਂ ਬਹੁਤ ਜ਼ਿਆਦਾ ਹੈ। ਧੂੰਏ ਦੇ ਗੁਬਾਰ ਅਸਮਾਨੀ ਚੜ੍ਹਦੇ ਜਾ ਰਹੇ ਨੇ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਜਿੱਥੇ ਇਹ ਅੱਗ ਲੱਗੀ ਉੱਥੇ ਜਿੰਨਾ ਵੀ ਸਮਾਨ ਪਿਆ ਸੀ ਸਾਰਾ ਸੜ ਕੇ ਸਵਾਹ ਹੋ ਚੁੱਕਿਆ। ਮੋਹਾਲੀ ਦੇ ਫੇਜ਼ 10 ਦੀ ਇਹ ਪੂਰੀ ਘਟਨਾ ਹੈ ਜਿੱਥੇ ਇੱਕ ਸ਼ੋਅਰੂਮ ਦੇ ਵਿੱਚ ਅੱਗ ਦੇ ਭਾਂਬੜ ਮੱਚੇ ਨੇ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਜਿੱਥੇ ਇਹ ਅੱਗ ਲੱਗੀ ਉਸ ਤੋਂ ਥੱਲੇ ਦੋ ਬੈਂਕਾਂ ਨੇ ਪ੍ਰਾਈਵੇਟ, ਉੱਥੇ ਡਾਕੂਮੈਂਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਨੇ ਜਿਹੜੇ ਉਹ ਪਏ ਹੋਏ ਨੇ। ਕਰੋੜਾਂ ਰੁਪਇਆ ਇਸ ਦੇ ਵਿੱਚ ਪਿਆ। ਗਣੀਮਤ ਰਹੀ ਕਿ ਸੇਕ ਉੱਥੇ ਤੱਕ ਨਹੀਂ ਪੁੱਜਿਆ, ਬੈਂਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਸਦੇ ਉੱਪਰਲੇ ਫਲੋਰ 'ਤੇ ਜਿੰਨਾ ਵੀ ਸਮਾਨ ਸੀ ਸਾਰਾ ਹੀ ਸੜ ਕੇ ਸਵਾਹ ਹੋ ਗਿਆ। ਥੋੜ੍ਹੇ ਦੇਖ ਲੈਣ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਾਲੇ ਗੂੜੇ ਰੰਗ ਦਾ ਧੂੰਆਂ। ਦਰਅਸਲ ਇੱਥੇ ਇੱਕ ਸ਼ੋਅਰੂਮ ਨੂੰ ਭਿਆਨਕ ਅੱਗ ਲੱਗੀ ਹੈ ਔਰ ਸ਼ੋਅਰੂਮ ਦੇ ਥੱਲੇ ਦੋ ਪ੍ਰਾਈਵੇਟ ਬੈਂਕ ਨੇ ਜਿੱਥੇ ਜ਼ਰੂਰੀ ਦਸਤਾਵੇਜ਼ ਅਤੇ ਕਰੋੜਾਂ ਰੁਪਇਆ ਪਿਆ। ਗਣੀਮਤ ਰਹੀ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ, ਪਰ ਉੱਪਰਲੇ ਫਲੋਰ ਦੇ ਵਿੱਚ ਅੱਗ ਦੇ ਭਾਂਬੜ ਮੱਚੇ ਨੇ, ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ। ਇੱਕ ਪ੍ਰਾਈਵੇਟ ਦਫ਼ਤਰ ਹੈ ਜਿੱਥੇ ਇਹ ਭਿਆਨਕ ਅੱਗ ਲੱਗੀ ਹੈ। ਮੌਕੇ 'ਤੇ ਹੜਕੰਪ ਮੱਚ ਗਿਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਔਰ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜੁੱਟ ਗਈਆਂ। ਵੱਡੇ ਪੱਧਰ 'ਤੇ ਨੁਕਸਾਨ ਹੋਇਆ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਦੋ ਨੇੜੇ ਨੇੜੇ ਪ੍ਰਾਈਵੇਟ ਬੈਂਕਾਂ ਸਨ, ਬਿਲਕੁਲ ਥੱਲੇ। ਗਣੀਮਤ ਰਹੀ ਕਿ ਅੱਗ ਦਾ ਸੇਕ ਉੱਥੇ ਤੱਕ ਨਹੀਂ ਪਹੁੰਚਿਆ, ਉਸ ਤੋਂ ਪਹਿਲਾਂ ਹੀ ਮੁਲਾਜ਼ਮਾਂ ਦੇ ਵੱਲੋਂ ਇਸ ਅੱਗ 'ਤੇ ਕਾਬੂ ਪਾਇਆ ਗਿਆ। ਮੋਹਾਲੀ ਦੇ ਫੇਜ਼ 10 ਦੀ ਇਹ ਘਟਨਾ ਹੈ। ਬੈਂਕ ਤੋਂ ਉੱਪਰਲੀ ਮੰਜ਼ਿਲ 'ਤੇ ਇੱਕ ਸ਼ੋਅਰੂਮ ਹੈ ਜਿੱਥੇ ਅੱਗ ਦੇ ਭਾਂਬੜ ਮੱਚੇ ਨੇ। ਇੱਕ ਪ੍ਰਾਈਵੇਟ ਦਫ਼ਤਰ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲਿਆਏ। ਗਰਾਊਂਡ ਫਲੋਰ 'ਤੇ ਦੋ ਬੈਂਕ ਨੇ ਜਿੱਥੇ ਪਏ ਡਾਕੂਮੈਂਟ ਅਤੇ ਕਰੋੜਾਂ ਰੁਪਇਆ ਬਚ ਗਿਆ। ਹਾਲਾਂਕਿ ਕੜੀ ਮਸ਼ਕਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਹੈ, ਲੇਕਿਨ ਧੂੰਆਂ ਬਹੁਤ ਜ਼ਿਆਦਾ ਹੈ। ਧੂੰਏ ਦੇ ਗੁਬਾਰ ਅਸਮਾਨੀ ਚੜ੍ਹਦੇ ਜਾ ਰਹੇ ਨੇ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਜਿੱਥੇ ਇਹ ਅੱਗ ਲੱਗੀ ਉੱਥੇ ਜਿੰਨਾ ਵੀ ਸਮਾਨ ਪਿਆ ਸੀ ਸਾਰਾ ਸੜ ਕੇ ਸਵਾਹ ਹੋ ਚੁੱਕਿਆ। ਮੋਹਾਲੀ ਦੇ ਫੇਜ਼ 10 ਦੀ ਇਹ ਪੂਰੀ ਘਟਨਾ ਹੈ ਜਿੱਥੇ ਇੱਕ ਸ਼ੋਅਰੂਮ ਦੇ ਵਿੱਚ ਅੱਗ ਦੇ ਭਾਂਬੜ ਮੱਚੇ ਨੇ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਜਿੱਥੇ ਇਹ ਅੱਗ ਲੱਗੀ ਉਸ ਤੋਂ ਥੱਲੇ
ਦੋ ਬੈਂਕਾਂ ਨੇ ਪ੍ਰਾਈਵੇਟ ਉੱਥੇ ਡਾਕੂਮੈਂਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਨੇ ਜਿਹੜੇ ਉਹ ਪਏ ਹੋਏ ਨੇ, ਕਰੋੜਾਂ ਰੁਪਇਆ ਇਸ ਦੇ ਵਿੱਚ ਪਿਆ। ਗਣੀਮਤ ਰਹੀ ਕਿ ਸੇਕ ਉੱਥੇ ਤੱਕ ਨਹੀਂ ਪੁੱਜਿਆ, ਬੈਂਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਉਸਦੇ ਉੱਪਰਲੇ ਫਲੋਰ 'ਤੇ ਜਿੰਨਾ ਵੀ ਸਮਾਨ ਸੀ ਸਾਰਾ ਹੀ ਸੜ ਕੇ ਸਵਾਹ ਹੋ ਗਿਆ।